ਮਾਣਯੋਗ ਸਾਧ ਸੰਗਤ ਜੀਓ, ਰਸਨਾ ਨੂੰ ਕਰੋ ਪਵਿੱਤਰ ਤੇ ਮਨੋਵਿਰਤੀਆਂ ਨੂੰ ਕਰੋ ਇਕਾਗਰ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਦੁਬਾਰਾ ਫੇਰ ਆਪਾਂ ਫਤਿਹ ਬੁਲਾਉਣੀ ਆ ਗੁਰੂ ਮਹਾਰਾਜ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਸ ਮਾਸ਼ ਦੇ ਵਿੱਚ ਧਿਆਨ ਸਿੰਘ ਜੀ ਮੰਡ ਤੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦਮਦਮਾ ਸਾਹਿਬ ਦੇ ਕਾਰਜਕਾਰੀ ਤੇ ਭਾਈ ਅਮਰੀਕ ਸਿੰਘ ਜੀ ਅਜਨਾਲਾ ਤੇ ਸਾਰੀਆਂ ਸੰਗਤਾਂ ਨੇ ਆਪਾਂ ਰਲ ਮਿਲ ਕੇ ਗੁਰੂ ਦਾ ਗਿਆਨ ਕਰਦੇ ਹਾਂ 1 ਜੂਨ ਤੋਂ ਲੈ ਕੇ। ਤਾਂ ਗੁਰਮੁਖ ਪਿਆਰਿਓ, ਗੁਰੂਆਂ ਦਾ ਜਿੰਨਾ ਵੀ ਜਸ ਹੋ ਜਾਵੇ ਓਨਾ ਹੀ ਥੋੜ੍ਹਾ। ਇਸ ਕਰਕੇ ਪਰਮਾਤਮਾ ਨੇ ਆਪਾਂ ਨੇ ਕਿਰਪਾ ਕੀਤੀ ਤੇ ਆਪਦੀ ਕੁਰਬਾਨੀ ਦੇ ਕੇ ਗੁਰਮੁਖ ਪਿਆਰਿਓ ਆਪਾਂ ਨੂੰ ਇਕੱਠੇ ਕੀਤਾ। ਕੋਈ ਐਸਾ ਸਮਾਂ ਗੁਰਮੁਖ ਪਿਆਰਿਓ, ਗੁਰੂਆਂ ਸਾਹਿਬਾਂ ਨੇ ਕਲਗੀ ਧਰਨੇ ਸੱਚੇ ਪਾਤਸ਼ਾਹ ਨੇ ਆਪਣੇ 'ਤੇ ਬੜੀ ਮਿਹਰ ਕਰੀ। ਕਿਸੇ ਟਾਈਮ ਦੇ ਵਿੱਚ ਆਪਾਂ ਨੂੰ 5 ਭੌਤਿਕ ਸਰੀਰ ਦੇ ਵਿੱਚ ਆ ਕੇ ਕੁਰਬਾਨੀਆਂ ਦਿੱਤੀਆਂ ਮਹਾਰਾਜ ਨੇ, ਨਾਲੇ ਬੱਚਿਆਂ ਦੀਆਂ ਅਤੇ ਨਾਲੇ ਆਪਣੀਆਂ ਆਪਦੀਆਂ। ਕਿਉਂ ਆਪਣੀ ਵਾਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਪਰ ਮੈਂ ਤਾਂ ਹੁਣ ਵੀ ਕਹਿਣਾ ਸਾਰੀ ਸੰਗਤ ਨੂੰ ਵੀ ਹੁਣ ਵੀ ਗੁਰੂਆਂ ਨੇ ਆਪਣੀ ਖਾਤਰੀ ਕੁਰਬਾਨੀ ਦਿੱਤੀ ਗੁਰੂ ਸ਼ਬਦ। ਕਿਉਂ ਗੁਰੂ ਸ਼ਬਦ ਗੁਰਮੁਖ ਪਿਆਰਿਓ ਖਤਮ ਨਹੀਂ ਹੁੰਦਾ। ਜਿਵੇਂ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ, ਕਿਉਂ ਗੁਰੂ ਮਹਾਰਾਜ ਨੂੰ ਚੋਰੀ ਕਰਨ ਵਾਲੇ ਆਦਮੀ ਅੱਜ ਤੱਕ ਗੁਰਮੁਖ ਪਿਆਰਿਓ ਦਰਗਾਹ ਦੇ ਵਿੱਚ ਬਖਸ਼ੇ ਨਹੀਂ ਜਾਣਗੇ। ਜੇ ਆਪਾਂ ਤੋਂ ਅੱਗਾ ਪਿੱਛਾ ਹੋ ਜਾਊਗਾ ਤਾਂ ਉੱਥੇ ਤਾਂ ਕਹਿੰਦੇ ਬਈ ਖੰਨਿਓ ਤਿੱਖੀ ਬਾਲੋ ਨਿੱਕੀ, ਇਹ ਤਾਂ ਮਾਰਗ ਜਾਣਾ। ਉੱਥੇ ਗੁਰਮੁਖ ਪਿਆਰਿਓ ਕੋਈ ਹਿਸਾਬ ਕਿਤਾਬ ਜਦੋਂ ਹੋਣਾ ਆਪਣਾ, ਕਿਸੇ ਦੀ ਸਿਫਾਰਸ਼ ਨਹੀਂ ਚੱਲਣੀ, ਕਿਸੇ ਲੀਡਰ ਦੀ ਸਿਫਾਰਸ਼ ਨਹੀਂ ਚੱਲਣੀ। ਤੁਸੀਂ ਐਂ ਮੰਨ ਕੇ ਚੱਲੋ ਵੀ ਜਿਹੜੇ ਆਦਮੀ ਨੇ ਇਹ ਕੁਕਰਮ ਕੀਤਾ, ਬੁਰਾ ਕਰਮ ਕੀਤਾ, ਤੁਸੀਂ ਐਂ ਸਮਝੋ ਵੀ ਉਸ ਆਦਮੀ ਦੇ ਕੋਈ ਵੀ ਆ, ਕੋਈ ਲੀਡਰ ਆ ਜਾਂ ਕੋਈ ਸਧਾਰਨ ਆਦਮੀ ਆ, ਅਤੇ ਉਹਦੇ ਕੋਈ ਕਰੋੜਾਂ ਪਾਪ ਜਾ ਕੇ ਆ ਗੁਰਮੁਖ ਪਿਆਰਿਓ, ਫਿਰ ਜਾ ਕੇ ਐਡਾ ਭੈੜਾ ਕੁਕਰਮ ਕੀਤਾ, ਪਾਪ ਕੀਤਾ ਗੁਰਮੁਖ ਪਿਆਰਿਓ। ਕਹਿੰਦੇ ਇਹ ਜਿਹੜਾ ਸਰੀਰ ਆ ਨਾ, ਇਹ ਪੁੰਨ ਪਾਪ ਦਾ ਗੁਰਮੁਖ ਪਿਆਰਿਓ। ਕਹਿੰਦੇ ਵੇਦ ਪੁਕਾਰੇ ਪੁੰਨ ਪਾਪ ਕਾ, ਸਾਰਾ ਨਾਂ ਜੇ ਵੇਦ ਆ, ਗੁਰੂ ਗ੍ਰੰਥ ਸਾਹਿਬ ਆ, ਜਿੰਨੇ ਵੀ ਵੇਦ ਆ ਸਾਰੇ ਗੁਰਮੁਖ ਪਿਆਰਿਓ ਪੁੰਨ ਅਤੇ ਪਾਪ ਬਾਰੇ ਦੱਸ ਰਹੇ ਆ ਵੀ ਪੁੰਨ ਕੀ ਆ ਅਤੇ ਪਾਪ ਕੀ ਆ। ਜਿਹੜਾ ਸਤਸੰਗ ਸਾਨੂੰ ਮਿਲਦਾ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਗੁਰਮੁਖ ਪਿਆਰਿਓ ਮਿਲਦਾ। ਜਿਵੇਂ ਕਲਗੀ ਧਰ ਨੇ, ਮੇਰੇ ਸੈਂਸਾਂ ਨੇ ਆਪਣੇ 'ਤੇ ਕਿਰਪਾ ਕੀਤੀ, ਸਾਰੇ ਪੰਥ ਇਕੱਠੇ ਕੀਤੇ। ਇੱਥੇ ਹੁਣ ਬਾਬਾ ਜੀ ਦਾਦੂ ਸਾਹਿਬ ਵਾਲੇ ਵੀ ਜਦੋਂ ਧੰਨਵਾਦ ਕਰਦੇ ਹਨ ਸੰਗਤਾਂ ਦਾ ਗੁਰਮੁਖ ਪਿਆਰਿਓ, ਉਹ ਕੋਈ ਰਾਗ ਦਵੈਸ਼ ਨਹੀਂ ਕਰਦੇ, ਬਹੁਤ ਵਧੀਆ ਧੰਨਵਾਦ ਕਰਦੇ ਆ। ਹਰ ਇੱਕ
ਕੌਮ ਨੂੰ, ਮੁਸਲਮਾਨੀ ਕਹਿ ਲਓ, ਸਿੱਖ ਕਹਿ ਲਓ, ਜਿੰਨੀ ਵੀ ਜਾਨੀ ਮਾਤਾ, ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਵੀ ਇਸ ਮੋਰਚੇ ਦੇ ਵਿੱਚ ਆ ਕੇ ਸਹੂਲੀਅਤ ਕਰੋ ਵੀ ਜਿੰਨੇ ਵੀ ਆਪਾਂ ਇੱਥੇ ਆਵਾਂਗੇ ਇੱਥੇ ਰੱਬ ਦੀਆਂ ਗੱਲਾਂ ਹੀ ਚੱਲਦੀਆਂ ਗੁਰਮੁਖ ਪਿਆਰਿਓ, ਕੋਈ ਹੋਰ ਕੋਈ ਮਾੜੀ ਗੱਲ ਤਾਂ ਚੱਲਦੀ ਨਹੀਂ। ਇਸ ਕਰਕੇ ਭਾਈ ਜਦੋਂ ਤੋਂ ਲੈ ਕੇ ਸੰਸਾਰ ਪੈਦਾ ਹੋਇਆ ਰਾਗ ਦਵੈਸ ਗੁਰਮੁਖ ਪਿਆਰਿਓ ਉਦੋਂ ਦਾ ਹੀ ਚੱਲ ਰਿਹਾ, ਕੋਈ ਅੱਜ ਆਪਣੇ ਨਾਲ ਨਵਿਆਂ ਨਾਲ ਨਹੀਂ ਹੋਈ, ਇਹ ਤਾਂ ਪਰਮਾਤਮਾ ਦੀ ਮਿਹਰ ਆ। ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਮੋਰਚਾ ਫਤਿਹ ਹੋ ਜਾਣਾ, ਕਿ ਹੁਣ ਹਿੱਲ ਜਲ ਵੀ ਕਾਫੀ ਹੋਈ ਲੱਗਦੀ ਆ। ਜਿਵੇਂ ਹੁਣ ਟੀਵੀਆਂ ਦੇ ਵਿੱਚ ਵੇਹਨੇ ਆਪਾਂ, ਅੱਗੇ ਖਬਰ ਬਹੁਤ ਘੱਟ ਆਉਂਦੀ ਸੀ, ਹੁਣ ਰੋਜ਼ਾਨਾ ਖਬਰਾਂ ਦੇ ਵਿੱਚ ਹਿੱਲ ਜਲ ਹੋ ਰਹੀ ਆ। ਗੁਰਮੁਖ ਪਿਆਰਿਓ, ਇਹ ਪਾਪ ਦਾ ਘੜਾ ਇੱਕ ਦਿਨ ਭੱਜਣਾ ਹੀ ਭੱਜਣਾ ਗੁਰਮੁਖ ਪਿਆਰਿਓ। ਇਸ ਕਰਕੇ ਧੀਰਜ ਰੱਖੋ, ਜਿੰਨਾ ਵੀ ਤੁਸੀਂ ਧੀਰਜ ਰੱਖੋਗੇ, ਭਜਨ ਪਾਠ ਕਰੋਗੇ, ਦੋ ਟਾਈਮ ਸਿਮਰਨ ਕਰੋਗੇ ਪਰਮਾਤਮਾ ਦਾ, ਇਹ ਪਰਮਾਤਮਾ ਦਾ ਜਾਣੀ ਜਾਣਾ ਗੁਰਮੁਖ ਪਿਆਰਿਓ। ਇਸ ਕਰਕੇ ਜਿਵੇਂ ਔਰੰਗਜ਼ੇਬ ਜੀ ਹੋਏ ਆ, ਕਿਉਂ ਸਮੇਂ ਸਮੇਂ ਅਨੁਸਾਰ ਸਭ ਦੇ ਬੁਰੇ ਕਰਮ ਜਿਵੇਂ ਕੀਤੇ ਆ ਉਹ ਜ਼ਾਹਰ ਹੋ ਜਾਂਦੇ ਆ। ਗੁਰਮੁਖ ਪਿਆਰਿਓ, ਜਿਹੜਾ ਔਰੰਗਜ਼ੇਬ ਸੀ, ਧਿਆਨ ਦੇਣਾ ਗੱਲ ਦਾ, ਤੇ ਇਹ ਔਰੰਗਜ਼ੇਬ ਨੇ ਤਿੰਨ ਤਾਂ ਭਰਾ ਦੇ ਕਤਲ ਕੀਤੇ ਸੀ। ਗੁਰਮੁਖ ਪਿਆਰਿਓ, ਤੁਸੀਂ ਹਿਸਾਬ ਲਾ ਲਓ, ਜਿਹਨੇ ਭਰਾ ਕਤਲ ਕਰਦੇ ਉਹ ਆਪਣਾ ਕਿੱਥੋਂ ਬਣ ਜਾਊਗਾ। ਤੇ ਚੌਥਾ ਉਹਦਾ ਪਿਤਾ ਬਿਮਾਰ, ਜਿਹਨੇ ਚੰਗੀ ਰਾਏ ਦਿੱਤੀ ਸੀ ਔਰੰਗਜ਼ੇਬ ਨੂੰ, ਤੇ ਪਰ ਜਿਹੜਾ ਪਾਪੀ ਪੁਰਸ਼ ਦਾ ਗੁਰਮੁਖ ਪਿਆਰਿਓ, ਉਹਨੂੰ ਚੰਗੀ ਜਿਹੜੀ ਮਤਲਬ ਰਾਏ ਆ ਉਹ ਚੰਗੀ ਨਹੀਂ ਲੱਗਦੀ, ਤਾਂ ਇਸ ਕਰਕੇ ਉਹ ਬਿਮਾਰ ਪਿਤਾ ਨੂੰ ਕਿਲੇ ਦੇ ਵਿੱਚ ਕੈਦ ਕਰਦਾ ਸੀਗਾ। ਤਾਂ ਤੁਸੀਂ ਦੇਖੋ, ਜਦੋਂ ਸਾਰੇ ਉਹਨੇ ਭਰਾ ਵੀ ਮਾਰ ਕੇ ਤਿੰਨੇ, ਅਤੇ ਆਪਦਾ ਪਿਤਾ ਵੀ ਕੈਦ ਕਰਾਤਾ ਕਿਲੇ ਦੇ ਵਿੱਚ, ਫਿਰ ਆਜ਼ਾਦ ਹੋ ਗਿਆ ਗੁਰਮੁਖ ਪਿਆਰਿਓ ਪਾਪ ਕਰਨ ਦੇ ਵਿੱਚ। ਤਾਂ ਦੇਖੋ ਕਿੱਥੋਂ ਦਿਗ ਪਾਪ ਪਹੁੰਚਿਆ, ਕਿਉਂ ਗੁਰਬਾਣੀ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਜਾਂ ਤਾਂ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਆਉਂਦੀਆਂ, ਅਤੇ ਜਾਂ ਜਿਹਨੇ ਮਾੜਾ ਕਰਮ ਕੀਤਾ ਗੁਰਮੁਖ ਪਿਆਰਿਓ ਉਹਨੂੰ ਲਾਹਨਤਾਂ ਪੈਂਦੀਆਂ। ਇਸ ਕਰਕੇ ਉਹਨੇ ਕਿੰਨੇ ਭੜੇ ਕੰਮ ਕੀਤੇ, ਗੁਰੂਆਂ ਸਾਹਿਬਾਂ ਨਾਲ ਟੱਕਰ ਲਾ ਕੇ ਬਹਿ ਗਿਆ। ਫਿਰ ਜਹਾਂ ਵੀਰ ਬਾਦਸ਼ਾਹ ਹੋਇਆ ਗੁਰਮੁਖ ਪਿਆਰਿਓ, ਤੁਹਾਨੂੰ ਪਤਾ ਹੀ ਆ, ਉਹਨਾਂ ਦਾ ਇੱਕ ਲੜਕਾ ਸੀਗਾ ਭਾਈ ਖੁਸਰੋ ਉਹਦਾ ਨਾਂ ਸੀਗਾ, ਉਹ ਬਾਗੀ ਹੋ ਗਿਆ ਗੁਰਮੁਖ ਪਿਆਰਿਓ। ਬਾਗੀ ਦਾ ਮਤਲਬ ਘਰੋਂ ਆਖੀ ਹੋ ਗਿਆ, ਅਤੇ ਕੋਈ ਗਲਤੀ ਹੋ ਗਈ ਉਹ ਤੋਂ ਬਹੁਤ ਵੱਡੀ, ਅਤੇ ਜਹਾਂਗੀਰ ਬਾਦਸ਼ਾਹ ਨੇ ਘਰੋਂ ਬਾਹਰ ਕੱਢਤਾ ਸੀ ਗੁਰਮੁਖ ਪਿਆਰਿਓ। ਜਦੋਂ ਬਾਹਰ ਕੱਢਿਆ ਤੇ ਧਨੋਰਾ ਫਰਾਤਾ, ਉਹ ਕਹਿਣ ਲੱਗੇ ਬਈ ਜਿਹੜਾ ਇਹਨੂੰ ਕੋਈ ਰੋਟੀ ਪਾਣੀ ਦਊਗਾ ਜਾਂ ਕੋਈ ਪੈਸਾ ਦਊ ਜਾਂ ਕੋਈ ਸ਼ਰਨ ਆਏ ਨੂੰ ਮਤਲਬ ਵੀ ਸੇਵਾ ਕਰੂ ਇਹਦੀ, ਤਾਂ ਉਹਨੂੰ ਡੰਨ ਦਿੱਤਾ ਜਾਊਗਾ। ਤਾਂ ਤੁਸੀਂ ਦੇਖੋ ਭਾਈ, ਉਹਨਾਂ ਟਾਈਮਾਂ ਦੇ ਵਿੱਚ ਭਾਈ ਖੁਸਰੋ ਪੰਜਵੇਂ ਪਾਤਸ਼ਾਹ ਦੀ ਚਰਨ ਸਰਨ ਦੇ ਵਿੱਚ ਆਇਆ, ਤਾਂ ਗੁਰੂ ਮਹਾਰਾਜ ਨੇ ਆਸ਼ੀਰਵਾਦ ਦਿੱਤੀ, ਉਹਨੂੰ ਆਸ਼ੀਰਵਾਦ ਦਿੱਤ ਕੇ ਸਾਥੀ ਨਾਲ ਲਾਇਆ ਗੁਰਮੁਖ ਪਿਆਰਿਓ। ਤਾਂ ਫਿਰ ਪੰਜਵੇਂ ਪਾਤਸ਼ਾਹ ਨੂੰ ਜਿਹੜਾ ਜਹਾਂਗੀਰ ਬਾਦਸ਼ਾਹ ਸੀਗਾ, ਫਿਰ ਹੀ ਉਹਨੂੰ ਕ੍ਰੋਧ ਆਇਆ, ਕਹਿੰਦਾ ਵੀ ਮੈਂ ਤਾਂ ਇਹਨੂੰ ਘਰੋਂ ਕੱਢਿਆ ਸੀ ਅਤੇ ਇਹਨਾਂ ਨੇ ਹਕਨਾ ਲਾ ਲਿਆ। ਤਾਂ ਫਿਰ ਲਾਹੌਰ ਦੇ ਵਿੱਚ ਤੁਸੀਂ ਦੇਖੋ ਜਿੰਨਾ ਵੀ ਇਹ ਦ੍ਰਿਸ਼ਟਾਂਤ ਆ ਗੁਰਮੁਖ ਪਿਆਰਿਓ ਦਾ ਇਤਿਹਾਸ ਦੇ ਵਿੱਚ ਲਿਖਿਆ, ਜੇ ਆਪਾਂ ਪੜ੍ਹਾਂਗੇ ਅਤੇ ਸੁਣਾਂਗੇ ਇਹ 'ਤੇ ਅਸਰ ਕਰਾਂਗੇ,
ਤਾਂ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੂਗਾ ਜਿਨ੍ਹਾਂ ਜਿਨ੍ਹਾਂ ਨੇ ਗੁਰੂਆਂ ਪੀਰਾਂ ਨਾਲ ਦਗੇ ਕਮਾਏ ਜਾਂ ਗੁਰਸਿੱਖਾਂ ਨਾਲ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ। ਕਹਿੰਦੇ ਭਾਈ ਉਹਨਾਂ ਨਾਲ ਜਿਨ੍ਹਾਂ ਨੇ ਦਗੇ ਕਮਾਏ ਉਹ ਆਦਮੀ ਨੂੰ ਭੁਗਤਣੇ ਪੈਂਦੇ ਆ। ਤਾਂ ਇਸ ਕਰਕੇ ਭਾਈ ਆਪਾਂ ਜਿੰਨੀ ਵੀ ਸੰਗਤ ਤੋਂ ਵੱਧ ਚੜ੍ਹ ਕੇ ਆਵਾਂਗੇ ਤਾਂ ਓਨਾ ਹੀ ਆਪਾਂ ਨੂੰ ਆਉਣ ਦਾ ਲਾਭ ਮਿਲੂਗਾ। ਅਤੇ ਮਤਲਬ ਵੀ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਇਹਨਾਂ ਨੇ ਕੱਲ੍ਹ ਤਾਂ 5 ਮਿੰਟ ਹੀ ਦਿੱਤੇ ਸੀ ਵੈਸੇ ਤੋ ਮੈਂ ਤਾਂ ਕੱਲ੍ਹ ਵੈਸੇ ਕਹਿ ਬੈਠਾ ਮੈਂ ਵੀ ਐਡਾ ਮੈਂ ਵੈਸੇ ਕਥਾ ਵਾਸ ਕੀ ਹੈ ਨੀਗਾ ਜਿਵੇਂ ਜਿਵੇਂ ਪਰਮਾਤਮਾ ਬੁਲਾਈ ਜਾਊ ਉਵੇਂ ਬੋਲੀ ਜਾਵਾਂਗੇ। ਅਤੇ ਅੱਜ ਇਹਨਾਂ ਨੇ ਮਹਾਨ ਕਿਰਪਾ ਕੀਤੀ ਕੱਲ੍ਹ ਵਾਲਾ ਜਿਹੜੀ ਗੱਲ ਕਹੀ ਇਹਨਾਂ ਦੇ ਕਹਿੰਦੇ ਮਨ 'ਚ ਹੋ ਗਿਆ ਉਹਨਾਂ ਦੇ ਬਾਬਾ ਜੀ ਕਹਿੰਦੇ ਕਿੰਨੇ ਕੁ ਪੜ੍ਹੇ ਹੋਣਗੇ ਆਪਾਂ ਨੂੰ ਟਾਈਮ ਘੱਟ ਦਿੰਦੇ ਹਾਂ। ਤਾਂ ਜਸਕਰਨ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਮਤਾਬੀ ਇਹ ਸਾਰੇ ਮਹਾਂਪੁਰਸ਼ਾਂ ਦੇ ਇਹ ਸੰਗਤ ਦੇ ਦਰਸ਼ਨ ਕਰਾਏ। ਜਿਵੇਂ ਹੁਣ ਕਸ਼ਮੀਰ ਦੇ ਜਿਹੜੇ ਸੀ ਨਾ ਗੁਰਮੁਖ ਪਿਆਰੇ ਬ੍ਰਾਹਮਣ ਇਕੱਠੇ ਹੋ ਕੇ ਆਏ ਮਤਲਬ ਸ੍ਰੀ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ। ਜਿਵੇਂ ਕੱਲ੍ਹ ਜਸਕਰਨ ਸਿੰਘ ਜੀ ਨੇ ਕਿਹਾ ਸੀ ਵੀ ਹਿੰਦੂ ਨਹੀਂ ਪਹੁੰਚੇ, ਇਸ ਕਰਕੇ ਭਾਈ ਤਾਂ ਕਿਹਾ ਸੀ ਵੀ ਹਿੰਦੂਆਂ ਦੀ ਖਾਤਰ ਮੇਰੇ ਸੈਨਸਾਂ ਨੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਜਦੋਂ ਉਹਨਾਂ ਦੇ ਧਰਮ ਨੂੰ ਖਤਰਾ ਹੋਇਆ। ਔਰੰਗਜ਼ੇਬ ਜ਼ਬਰਦਸਤ ਉਹਨਾਂ ਨੂੰ ਮੁਸਲਮਾਨ ਬਣਾ ਰਿਹਾ ਸੀ ਅਤੇ ਜਿੱਥੇ ਕੋਈ ਮੰਦਰ ਬਣਿਆ ਸੀ ਮਸੀਤ ਬਣੀ ਸੀ ਉਹ ਢਾ ਰਿਹਾ ਸੀਗਾ। ਤਾਂ ਜਲਮ ਜਿਹੜਾ ਨਾ ਜਲਮ ਦਾ ਟਾਕਰਾ ਗੁਰਮੁਖ ਪਿਆਰਿਓ ਰੱਬ ਦਾ ਅਤੇ ਅੱਤ ਦਾ ਕਹਿੰਦੇ ਬੈਰ ਆ। ਤਾਂ ਉਹਨਾਂ ਨੇ ਜਿੰਨੇ ਮੰਦਰ ਬਣੇ ਸੀ ਮੰਦਰ ਢਵਾ ਦੇ, ਜਿੱਥੇ ਕੋਈ ਰਾਮ ਰਾਮ ਕਰਦਾ ਸੀਗਾ ਉਹ ਰਾਮ ਰਾਮ ਕਰਨਾ ਬੰਦ ਕਰਵਾਤਾ ਸੀ ਔਰੰਗਜ਼ੇਬ ਨੇ। ਫਿਰ ਉਹ ਵਿਚਾਰੇ ਦੁਖੀ ਹੋ ਕੇ ਅਮਰਨਾਥ ਮੰਦਰ ਦੇ ਵਿੱਚ ਆ ਕੇ ਅਤੇ ਦੁੱਚ ਪਾਏ ਪੱਲੂ ਅਤੇ ਪਰਮਾਤਮਾ ਅੱਗੇ ਅਰਦਾਸ ਕਰੀ। ਗੁਰਮੁਖ ਪਿਆਰਿਓ ਜਦੋਂ ਆਪਦੀ ਨੂੰ ਕੋਈ ਨਾ ਕੋਈ ਆਸਰੇ ਸਾਰੇ ਖਤਮ ਹੋ ਜਾਂਦੇ ਹਨ ਉਦੋਂ ਫਿਰ ਸਾਨੂੰ ਪਰਮਾਤਮਾ ਦੀ ਸੋਝੀ ਆਉਂਦੀ ਹੈ, ਪਰਮਾਤਮਾ ਅੱਗੇ ਅਸੀਂ ਅਰਦਾਸਾਂ ਕਰਦੇ ਹਾਂ ਪਰਮਾਤਮਾ ਅਕਾਲ ਪੁਰਖ ਇੱਕ ਆ। ਤਾਂ ਫਿਰ ਕੀ ਹੋਇਆ ਗੁਰਮੁਖ ਪਿਆਰਿਓ ਜੋ ਸਾਰੇ ਹਿੰਦੂਆਂ ਨੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਅਮਰਨਾਥ ਜੀ ਮੰਦਰ ਦੇ ਜਿੱਥੇ ਹੁਣ ਯਾਤਰਾ ਚੱਲਦੀ ਆ ਤਾਂ ਅਰਦਾਸਾਂ ਕੀਤੀਆਂ। ਤਾਂ ਗੁਰਮੁਖ ਪਿਆਰਿਓ ਉੱਥੋਂ ਫਿਰ ਆਕਾਸ਼ਬਾਣੀ ਹੋਈ ਪਰਮਾਤਮਾ ਕੋਲੋਂ, ਕਹਿੰਦੇ ਬਈ ਤੁਹਾਡੇ ਧਰਮ ਨੂੰ ਰੱਖਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੱਡੀ ਦੇ ਮਾਲਕ 9ਵੇਂ ਪਾਤਸ਼ਾਹ ਇਸ ਟਾਈਮ ਅਨੰਦਪੁਰ ਦੀ ਧਰਤੀ 'ਤੇ ਵਿਰਾਜਮਾਨ ਹਨ। ਜੇ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ ਆ ਤਾਂ ਉਹ ਕਰ ਸਕਦੇ ਆ, ਇਹ ਨਹੀਂ ਤੁਹਾਡੇ ਧਰਮ ਨੂੰ ਖਤਰਾ ਹੀ ਆ ਦਿਨੋਂ ਦਿਨ। ਤਾਂ ਫਿਰ ਗੁਰਮੁਖ ਪਿਆਰਿਓ ਕਸ਼ਮੀਰ 'ਚੋਂ ਚੱਲ ਕੇ ਪੁਸ਼ਪ ਚਾ ਕੇ ਉਹਨਾਂ ਨੇ ਅਨੰਦਪੁਰ ਦੀ ਧਰਤੀ 'ਤੇ ਆਏ ਅਤੇ ਆ ਕਰ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਗਲ 'ਚ ਪਾਏ ਪੱਲੂ ਅਤੇ ਨਮਸਕਾਰਾਂ ਕੀਤੀਆਂ ਅਤੇ ਰੋਣ ਕਰਾਉਣ ਲੱਗ ਗਏ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਔਰੰਗਜ਼ੇਬ ਬਾਦਸ਼ਾਹ ਬਹੁਤ ਤੰਗ ਕਰਦਾ। ਤਾਂ ਬੜੀਆਂ ਮਿੰਨਤਾਂ ਤਰਲੇ ਕੀਤੀ ਕਿੱਥੇ ਗੁਰਮੁਖ ਪਿਆਰਿਓ ਉੱਥੇ ਜਾ ਕੇ ਉਹਨਾਂ ਨੇ ਜਦੋਂ ਮਿੰਨਤਾਂ ਤਰਲੇ ਕੀਤੇ ਨਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਮੌਨ ਧਾਰ ਲਿਆ। 2-4 ਮਿੰਟ ਦੀ ਖਾਤਰ ਚੁੱਪ ਕਰਕੇ ਅੱਖਾਂ ਮੀਚ ਕੇ ਬੈਠ ਜਾਂਦੇ ਆ।
ਤੇ ਜਿਹੜੇ ਦਸਵੇਂ ਪਾਤਸ਼ਾਹ ਮੇਰੇ ਸੈਨ ਸਾਹਿਬ ਉਦੋਂ ਇਤਿਹਾਸ ਦੇ ਵਿੱਚ ਲਿਖਿਆ ਵੀ ਉਹਨਾਂ ਦੀ 9 ਸਾਲ ਦੀ ਉਮਰ ਸੀ ਗੁਰਮੁਖ ਪਿਆਰੇ ਉਹਨਾਂ ਟਾਈਮਾਂ ਦੇ ਵਿੱਚ। ਤੁਸੀਂ ਦੇਖੋ 9 ਸਾਲ ਦੇ ਵਿੱਚ ਬੱਚਾ ਏਡੀ ਵੱਡੀ ਗੱਲ ਕਹੇਵੇ ਤਾਂ ਕਿੱਡੀ ਵੱਡੀ ਚਰਜ ਵਾਲੀ ਗੱਲ ਆ ਗੁਰਮੁਖ ਪਿਆਰਿਓ। ਤਾਂ ਫਿਰ ਦਸਵੇਂ ਪਾਤਸ਼ਾਹ ਨੇ ਕੀ ਕੀਤਾ, ਪਿਤਾ ਜੀ ਨੂੰ ਕਹਿਣ ਲੱਗੇ, 9ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਇਹ ਬ੍ਰਾਹਮਣਾਂ ਦੀ ਫਰਿਆਦ ਨਹੀਂ ਸੁਣਦੇ, ਤੁਹਾਡੇ ਚਰਨਾਂ ਦੇ ਵਿੱਚ ਮਿੰਨਤਾਂ ਕਰੀ ਜਾਂਦੇ ਆ, ਅੱਖਾਂ ਚੋਂ ਹੰਝੂ ਕੱਢੀ ਜਾਂਦੇ ਆ, ਇਹ ਤੁਸੀਂ ਚੁੱਪ ਕਰਕੇ ਬੈਠ ਗਏ ਆ ਤੇ ਕਿਰਪਾ ਕਰੋ ਇਹਨਾਂ ਦੀ ਫਰਿਆਦ ਸੁਣੋ। ਉਸ ਤੋਂ ਬਾਅਦ ਕੀ ਹੋਇਆ, ਗੁਰਮੁਖ ਪਿਆਰਿਓ ਪਾਤਸ਼ਾਹ ਕਹਿਣ ਲੱਗੇ ਬੇਟਾ ਪਰਿਆ ਪ੍ਰਤਾਪ ਮਦਾ ਫਰਿਆਦ ਸੁਣਨ ਦਾ ਅਸੀਂ ਤਿਆਰ ਹਾਂ, ਪਰ ਇਹਨਾਂ ਦੀ ਖਾਤਰ ਕਿਸੇ ਮਹਾਂਪੁਰਖ ਨੂੰ ਕੁਰਬਾਨੀ ਦੇਣੀ ਪਊ। ਗੁਰਮੁਖ ਪਿਆਰਿਓ ਜਦੋਂ ਆਹ ਗੱਲ ਕਹੀ ਤਾਂ ਮੇਰੇ ਸੈਨਸਾ ਦਸਵੇਂ ਪਾਤਸ਼ਾਹ ਕਲਗੀਧਰ ਮੇਰੇ ਸੈਨਸਾ ਨੇ ਉੱਥੇ ਕਿਹਾ, ਕਹਿਣ ਲੱਗੇ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਬ੍ਰਹਮਗਿਆਨੀ ਕੌਣ ਹੋਊਗਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉੱਥੇ ਫਿਰ ਦਸਵੇਂ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ ਪਿਤਾ ਨੂੰ, ਗੁਰੂ ਗੋਬਿੰਦ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਤਾਂ ਬੜੇ ਅੱਛੇ ਤੇ ਹੱਸ ਕੇ ਕਹਿਣ ਲੱਗੇ, ਬੇਟਾ ਮੈਂ ਤਾਂ ਤੇਰੇ ਕੰਨੀ ਵਿਹਲਾ ਸੀ ਵੀ ਤੇਰੀ ਉਮਰ ਥੋੜ੍ਹੀ ਆ, ਪਰ ਤੇਰੀਆਂ ਗੱਲਾਂ ਵੱਡੀਆਂ, ਕੋਈ ਗੱਲ ਨਹੀਂ। ਉਦੋਂ ਬਾਅਦ ਗੁਰਮੁਖ ਪਿਆਰਿਓ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹੀਦੀਆਂ ਦਿੱਤੀਆਂ, ਆਪਾਂ ਨੂੰ ਸਾਰਿਆਂ ਨੂੰ ਪਤਾ, ਉਬਲਦੀਆਂ ਦੇਗਾਂ ਦੇ ਵਿੱਚ ਵੀ ਉਬਾਲੇ ਗਏ, ਤੱਤੀਆਂ ਤਵੀਆਂ ਦੇ ਵਿੱਚ ਵੀ ਗੁਰਮੁਖ ਪਿਆਰਿਓ ਬੈਠੇ, ਤੇ ਤੱਤੇ ਰੇਤ ਦੀ ਅੜਸੇ ਵੀ ਪਾਏ, ਕਿਉਂ ਜਿਹੜੇ ਦੁਸ਼ਟ ਹੁੰਦੇ ਆ ਨਾ, ਦੁਸ਼ਟ ਤੇ ਨਿੰਦਕ ਹੁੰਦੇ ਆ ਗੁਰਮੁਖ ਪਿਆਰਿਓ, ਉਹ ਤਸੀਹੇ ਦੇ ਕੇ ਖੁਸ਼ ਰਹਿੰਦੇ ਆ। ਤੁਸੀਂ ਦੇਖੋ ਉਹਨਾਂ ਨੂੰ ਨਾ ਤਾਂ ਉਬਲਦੀਆਂ ਦੇਗਾਂ ਦੇ ਵਿੱਚ ਉਦੋਂ ਤਰਸ ਆਇਆ ਜੋ ਤੱਤੀਆਂ ਤਵੀਆਂ ਦੇ ਭਾਏ, ਨਾ ਉਦੋਂ ਤਰਸ ਆਇਆ ਜਦੋਂ ਚੰਦੂ ਨੇ ਕੜਸੇ ਭਰ ਭਰ ਤੱਤੇ ਪਾਏ 9ਵੇਂ ਪਾਤਸ਼ਾਹ ਦੇ ਸਿਰ ਦੇ ਵਿੱਚ, ਤੇ ਨਾ ਚੰਦੂ ਨੂੰ ਉਦੋਂ ਤਰਸ ਆਇਆ। ਗੁਰਮੁਖ ਪਿਆਰਿਓ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਇਹਨਾਂ ਨੂੰ ਕੁਛ ਨਹੀਂ ਹੁੰਦਾ, ਤਾਂ ਫਿਰ ਜਦੋਂ ਅਖੀਰ ਤੇ ਉਹਨਾਂ ਨੂੰ ਮਤਲਬ ਵੀ ਬਹੁਤ ਕੁਛ ਨਸੀਹੇ ਦਿੱਤੇ, ਤਾਂ ਇਸ ਕਰਕੇ ਭਾਈ ਉੱਥੇ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ। ਹੁਣ ਆਪਾਂ ਦਾ ਜੇ ਮਾੜਾ ਜਿਹਾ ਕੋਈ ਤਕਲੀਫ ਹੋ ਜੇ ਆਪਾਂ ਪਾਠ ਛੱਡ ਦਿੰਦੇ ਹਾਂ, ਗੁਰਦੁਆਰੇ ਜਾਣਾ ਬੰਦ ਕਰ ਦਿੰਦੇ ਹਾਂ, ਕਈ ਵਾਰੀ ਸੰਗਤ ਸਾਡੇ ਕੋਲ ਆ ਜਾਂਦੀ ਹੈ, ਕਹਿੰਦੇ ਬਾਬਾ ਜੀ ਬਾਹਲਾ ਪਾਠ ਕਰਨ ਦਾ ਫਾਇਦਾ ਕੀ ਹੋਇਆ, ਅਤੇ ਸਾਡਾ ਤਾਂ ਫਰਾਨਾ ਰੋਗ ਹੀ ਨਹੀਂ ਲੋਟ ਆਉਂਦਾ, ਸਾਡੀ ਤਾਂ ਬਿਮਾਰੀ ਨਹੀਂ ਹਟਦੀ, ਸਾਡੇ ਘਰ 'ਚ ਤਾਂ ਬੱਚਾ ਨਹੀਂ ਪੈਦਾ ਹੁੰਦਾ, ਕਿਉਂ ਅਸੀਂ ਦੁਨਿਆਵੀ ਕੰਮਾਂ 'ਚ ਬੜੇ ਹਾਂ। ਗੁਰਮੁਖ ਪਿਆਰਿਓ ਆਪਾਂ ਦਾ ਜੇ ਮਾੜੀ ਜੀ ਕੋਈ ਤਕਲੀਫ ਆ ਜਾਏ ਤਾਂ ਪਾਠ ਕਰਨੇ ਛੱਡ ਦਿੰਦੇ ਹਾਂ। ਇੱਥੋਂ ਤੱਕ ਵੀ ਕਹਿ ਦਿੰਦੇ ਆ ਸਾਨੂੰ ਬਥੇਰਾ ਬਾਬਾ ਜੀ ਪਾਠ ਕੀਤਾ, ਕਈਆਂ ਨੂੰ ਅਸੀਂ ਕਹਿ ਦਿੰਦੇ ਹਾਂ ਭਾਈ ਪਾਠ ਕਰਿਆ ਕਰੋ, ਜੋ ਵੀ ਬ੍ਰਹਮ ਗਿਆਨੀ ਆ ਕੋਈ ਸੰਤ ਆ ਹਰ ਇੱਕ ਨੇ ਪਾਠ 'ਤੇ ਜੋੜ ਦੇਣਾ, ਜੇ ਆਪਾਂ ਪਾਠ ਕਰਾਂਗੇ ਸਿਮਨ ਕਰਾਂਗੇ ਤਾਂ ਫਿਰ ਜਾ ਕੇ ਆਪਣਾ ਪਾਰ ਉਤਾਰਾ ਹੋਊ। ਅਤੇ ਗੁਰੂਆਂ ਸਾਹਿਬਾਂ ਤਾਂ ਇੰਨੀਆਂ ਤਕਲੀਫਾਂ ਦੇ ਵਿੱਚ ਵੀ ਕੋਈ ਪਰਵਾਹ ਨਹੀਂ ਮੰਨੀ, ਕਹਿੰਦੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਦਿਲ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਗੁਰੂ ਨਾਨਕ ਪਾਤਸ਼ਾਹ ਦਾ ਜਿੰਨਾ ਵੀ ਇਤਿਹਾਸ ਆ ਗੁਰਮੁਖ ਪਿਆਰਿਓ, ਬੜੀ ਕਿਰਪਾ ਮਹਾਰਾਜ ਦੀ, ਤੁਸੀਂ 2 ਟਾਈਮ ਨਿਤਨੇਮ ਜ਼ਰੂਰ ਕਰਿਆ ਕਰੋ। ਇਹ ਜਿਹੜਾ ਨਿਤਨੇਮ ਆ ਨਾ, ਇਹ ਬਾਬਾ ਜੀ ਜਲਾਲ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਬੇਟਾ ਸਾਨੂੰ ਕੁਛ ਸਮਾਂ ਪਾ ਕੇ ਪਤਾ ਲੱਗੂਗਾ, ਜਦੋਂ ਬੰਦੇ 'ਤੇ ਕੋਈ ਕਸ਼ਟ ਆਉਂਦਾ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਬਿਮਾਰੀ ਲੱਗ ਜਾਂਦੀ ਹੈ, ਡਾਕਟਰ ਜਵਾਬ ਦੇ ਦਿੰਦੇ ਆ, ਫਿਰ ਕੋਈ ਐਸੀ ਪਰਮਾਤਮਾ ਦੀ ਕਿਰਪਾ ਹੁੰਦੀ ਆ, ਜਦੋਂ ਬੰਦਾ ਠੀਕ ਹੋ ਜਾਂਦਾ ਨਾ, ਫਿਰ ਸਾਡੇ ਕੋਲ ਵੀ ਆ ਕੇ ਕਹਿੰਦੇ ਆ ਬਾਬਾ ਜੀ ਬੜੀ ਕਿਰਪਾ ਹੋਈ,
ਕਿਸੇ ਦਵਾਈ ਨੇ ਕਾਟ ਨਹੀਂ ਕੀਤਾ। ਇਹ ਤਾਂ ਤੁਹਾਡੇ ਕੋਲ ਆਉਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਬੜੀ ਪਰਮਾਤਮਾ ਦੀ ਕਿਰਪਾ ਹੋਈ। ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਅਲਾਹੀ ਨੂਰਾ, ਇਸ ਕਰਕੇ ਭਾਈ ਸਾਰਿਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਆ। ਆਪਾਂ ਨੂੰ ਸਿੰਘ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੋੜਦੇ ਆ, ਕੋਈ ਮਾੜੀ ਸਿੱਖਿਆ ਨਹੀਂ ਦਿੰਦੇ। ਇੱਕ ਮੈਂ ਬੇਨਤੀ ਕਰਦਾ ਸਾਰੀ ਸਾਹ ਸੰਗਤ ਨੂੰ, ਜਿੰਨੀ ਵੀ ਸੰਗਤ ਤੁਸੀਂ ਆਏ ਆ, ਮੈਂ ਐਂ ਜ਼ਰੂਰੀ ਨਹੀਂ ਕਹਿੰਦਾ ਵੀ ਮੈਂ ਬੜਾ ਕਰੇਰ ਹਾਂ, ਤੁਸੀਂ ਇੱਥੇ ਵੱਧ ਚੜ੍ਹ ਕੇ ਆਇਆ ਕਰੋ। ਕਈ ਸੰਗਤਾਂ ਦਾ ਨਾ ਸੱਚ ਸੱਚ ਪੁੱਛੋ ਤੇ ਇਹ ਮੋਰਚੇ ਦੇ ਵਿੱਚ ਡਰਦੇ ਨਹੀਂ ਆਉਂਦੇ। ਕਹਿੰਦੇ ਨੂੰ ਅਸੀਂ ਕਹਿ ਦਿੰਦੇ ਹਾਂ, ਚਾਰ ਪੰਜ ਦਿਨ ਦੀ ਗੱਲ ਆ, ਪੰਜ ਚਾਰ ਆਦਮੀ ਆਏ, ਦੋ ਚਾਰ ਲੜਕੀਆਂ, ਦੋ ਚਾਰ ਬੰਦੇ ਨਾਲ, ਵਿੱਚ ਅੰਮ੍ਰਿਤ ਵੀ ਛਕਿਆ ਹੋਇਆ ਸੀ। ਅਤੇ ਮੈਂ ਆਖਿਆ ਵੀ ਮੈਨੂੰ ਕਹਿੰਦੇ ਬਾਬਾ ਜੀ ਤਾਂ ਆਇਆ ਤੁਹਾਡੇ ਕੋਲ, ਸਾਨੂੰ ਪਤਾ ਸੀ ਤੁਹਾਡਾ ਵੀ ਤੁਸੀਂ ਧਰਨੇ 'ਤੇ ਚਲੇ ਜਾਂਦੇ ਹੋ 12 ਵਜੇ, ਅਤੇ ਬਾਬਾ ਜੀ ਨੂੰ ਪਹਿਲਾਂ ਪਹਿਲਾਂ ਹੀ ਮਿਲ ਲਏ। ਮੈਂ ਵੀ ਧੰਨਵਾਦ ਆ ਜੇ ਤੁਸੀਂ ਯਾਦ ਕੀਤਾ, ਪਰ ਜੇ ਤੁਸੀਂ ਅੱਜ ਸਾਡੇ ਨਾਲ ਚੱਲ ਵੜੋ ਧਰਨੇ ਦੇ ਵਿੱਚ ਮੋਰਚੇ ਦੇ ਵਿੱਚ, ਮੈਂ ਇੱਥੋਂ ਇਕੱਲਾ ਹੀ ਜਾਣਾ। ਸੰਗਤ ਬਹੁਤ ਜਾਣ ਸੁਣ ਵਾਲੀ ਵਿੱਚ ਬੈਠੀ ਆ, ਮਾਈਆਂ ਵੀ ਬੈਠੀਆਂ ਅਤੇ ਬਜ਼ੁਰਗ ਹੋਰ ਬਹੁਤ ਸਾਡੇ ਜਾਣ ਸੁਣ ਵਾਲੇ ਇੱਥੇ ਬੈਠੇ ਆ ਨੇੜੇ ਨੇੜੇ ਨਗਰਾਂ ਦੇ ਵਿੱਚੋਂ। ਅਤੇ ਮੈਂ ਕਿਹਾ ਤੁਸੀਂ ਵੀ ਮੇਰੇ ਨਾਲ ਚੱਲ ਵੜੋ ਤਾਂ ਮੇਰੀ ਟੌਹਰ ਬਣ ਜੀ ਉਹਨਾਂ ਨਾਲ ਵੀ ਮਹਾਂਪੁਰਸ਼ਾਂ ਦੇ ਨਾਲ ਸੰਗਤ ਆਈ ਆ। ਉਹਨਾਂ ਨੇ ਪਤਾ ਕੀ ਹੱਸ ਕੇ ਜਵਾਬ ਦਿੱਤਾ, ਕਹਿਣ ਲੱਗੇ ਬਾਬਾ ਜੀ ਗਰਮੀ ਵਾਲੀ ਆ ਉੱਥੇ, ਤੁਸੀਂ ਦੇਖੋ ਕਿੱਡੇ ਕਿੱਡੇ ਬਹਾਨੇ ਲਾਉਂਦੇ ਹਾਂ ਅਸੀਂ। ਅਤੇ ਮੈਂ ਹੁਣ ਜਿੱਥੇ ਤੁਸੀਂ ਜਾਓਗੇ ਉੱਥੇ ਕਿਹੜਾ AC ਲੱਗੇ ਹੋਏ ਆ, ਅਸੀਂ ਤਾਂ ਮੈਂ ਜਾਂਦੇ ਹਾਂ, ਸਾਡੇ ਭਾਈ ਤਾਂ ਕੋਈ ਗਰਮੀ ਨਹੀਂ ਆਉਂਦੀ, ਠੰਡੀ ਹਵਾ ਲੱਗਦੀ ਹੈ। ਅਤੇ ਜਿੰਨਾ ਚਿਰ ਡੇਰੇ 'ਚ ਬੈਠੇ ਰਹਿੰਦੇ ਹਾਂ ਚਾਰ ਸਵੇਰੇ ਕੰਧਾਂ ਦਾ ਪੜਦਾਈ ਮਾਰੀ ਜਾਂਦਾ, ਅਤੇ ਜਿਉਂ ਡੇਰੇ ਬਾਹਰ ਨਿਕਲਦੇ ਹਾਂ ਠੰਡੀ ਹਵਾ ਤੁਸੀਂ ਦੇਖੋ ਕਿੰਨੀ ਵਧੀਆ ਹਵਾ ਆ ਰਹੀ ਹੈ। ਨਾਲੇ ਪਰਮਾਤਮਾ ਦੀ ਕਿਰਪਾ, ਇਹ ਨਾਲੇ ਨਾਮ ਦਾ, ਨਾਮ ਦੀ ਵਰਸਾ ਚੱਲਦੀ ਹੈ। ਗੁਰਮੁਖ ਪਿਆਰੇ ਜਿਹਨੂੰ ਪਰਮਾਤਮਾ ਦੇ ਨਾਂ ਦਾ ਮਤਲਬ ਆਸਰਾ ਅਸਰ ਆ ਨਾ, ਉਹਨੂੰ ਕੋਈ ਠੰਡ ਨਹੀਂ ਲੱਗਦੀ, ਕੋਈ ਗਰਮੀ ਨਹੀਂ ਲੱਗਦੀ। ਬਹੁਤ ਬੰਦੇ ਬਹਾਨੇ ਲਾ ਦਿੰਦੇ ਆ, ਕਈ ਵਾਰੀ ਜਸਕਰ ਸਿੰਘ ਜੀ ਕਹਿ ਦਿੰਦੇ ਆ ਵੀ ਬਾਬਾ ਜੀ ਵੀ ਜਸਾ ਲਿਆਉਣਗੇ, ਤੇ ਉਹਦਾ ਜਸਾ ਅਸੀਂ ਲਿਆਈ ਜਾਂਦੇ ਹਾਂ ਜਸਕਰ ਸਿੰਘ ਜੀ, ਪਰ ਸਾਡਾ ਜਿਹੜਾ ਜਥਾ ਆਉਂਦਾ ਨਾ ਉਹ ਦੋ ਦੋ ਚਾਰ ਚਾਰ ਆਉਂਦੇ ਆ, ਕੋਈ ਮੋਟਰਸਾਈਕਲ 'ਤੇ ਆਉਂਦੇ ਗਾਹੇ 'ਤੇ, ਉਹ ਇਕੱਠੇ ਜੜੋਤਾ ਜਿਹਾ ਬਣ ਕੇ ਨਹੀਂ ਆਉਂਦੇ। ਪਰ ਹੁਣ ਅਸੀਂ ਸਾਡੇ ਸਕੂਲ ਚੱਲਦਾ ਛੋਟਾ ਜਿਹਾ ਉੱਥੇ, ਅਤੇ ਉੱਥੇ ਸਾਡੇ ਸਟਾਫ ਨਾਲ ਜੇ ਅਸੀਂ ਰਾਏ ਕੀਤੀ ਸੀਗੀ, 32 ਤਾਂ ਸਾਡੇ ਉੱਥੇ ਮੈਡਮਾਂ ਆਈਆਂ ਅਤੇ ਕੁਛ ਡਰਾਈਵਰ ਆ, ਕੁਛ ਹੋਰ ਆ, ਉਹਨਾਂ ਨਾਲ ਅਸੀਂ ਅੱਜ ਬੇਨਤੀ ਕੀਤੀ ਸੀ ਵੀ ਆਪਾਂ ਤਾਂ ਚੁੱਲ੍ਹੇ ਦੇ ਬੱਟੇ ਨਾਲ ਬੈਠੇ ਹਾਂ, ਜੇ ਜਾ ਕੇ ਉੱਥੇ ਮਹਾਂਪੁਰਸ਼ਾਂ ਦਾ ਸੰਗ ਕਰ ਲਵਾਂਗੇ, ਕੋਈ ਡਰ ਨਹੀਂ। ਅਤੇ ਉਹ ਬੜੇ ਖੁਸ਼ ਹੋਏ, ਕਹਿੰਦੇ ਬਾਬਾ ਜੀ ਕੱਲ੍ਹ ਨੂੰ ਜਾਵਾਂਗੇ ਸ਼ਨੀਵਾਰ ਨੂੰ, ਪਰ ਕੱਲ੍ਹ ਨੂੰ ਸਾਨੂੰ ਸ਼ਨੀਵਾਰ ਨੂੰ ਝਾਕ ਆ ਪੂਰੀ, ਅਤੇ ਐਤਵਾਰ ਨੂੰ ਵੀ ਸੰਗਤ ਸਾਡੇ ਨਾਲ ਆਉਣ ਨੂੰ ਤਿਆਰ ਹੋ ਗਈ ਆ, ਪਰਮਾਤਮਾ ਕਿਰਪਾ ਕਰੇ। ਪਰ ਅੱਜ ਦੇ ਸਿੱਖ ਬੈਠੇ ਆ ਇਕੱਲੇ ਇਕੱਲੇ ਆਉਂਦੇ ਆ, ਜਦੋਂ ਅਸੀਂ ਇੱਥੇ ਆਉਂਦੇ ਹਾਂ ਵਿਚਾਰੇ ਸਵਾਗਤ ਕਰਦੇ ਆ, ਪ੍ਰੇਮ ਕਰਦੇ ਆ, ਮਾਈਆਂ ਵੀ ਫਤਿਹ ਬੁਲਾਉਂਦੀਆਂ ਅਸੀਂ ਫਤਿਹ। ਫਿਰ ਮੈਂ ਕਈ ਵਾਰੀ ਸੋਚਦਾ ਜੇ ਇਕੱਠੇ ਸਾਡੇ ਨਾਲ ਆ ਜਾਓ ਤਾਂ ਸਾਡੀ ਵੀ ਟੌਹਰ ਬਣ ਜੇ, ਅਤੇ ਪਰ ਹੁਣ ਆਉਣਗੇ ਅਤੇ ਬੜੀ ਕਿਰਪਾ ਪਰਮਾਤਮਾ ਦੀ, ਪਰ ਬਹਾਨੇ ਬੁਹਾਨੇ ਜੇ ਲਾ ਦਿੰਦੇ ਆ, ਪਰਮਾਤਮਾ ਬਹਾਨੇ ਨਾ ਲਾਉਣ ਦੇਵੇ। ਅਤੇ ਇਸ ਕਰਕੇ ਸਾਰੀ ਸੰਗਤ ਇੱਥੇ ਵੱਧ ਚੜ੍ਹ ਕੇ ਪਹੁੰਚੋ, ਇਹ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਗੁਰਮੁਖ ਪਿਆਰਿਓ, ਕੋਈ ਮਾੜੀ ਮੋਟੀ ਗੱਲ ਨਹੀਂ। ਮੈਂ ਤਾਂ ਜ਼ਿਆਦਾ ਹੀ ਵੱਧ ਗਿਆ, ਬੰਦਾ ਟਾਈਮ ਦਾ ਵੀ ਨਹੀਂ ਪਤਾ ਤਾਂ ਜਸਕਰਨ ਸਿੰਘ ਜੀ, ਹੁਣ ਮੈਂ ਫਤਿਹ ਬੁਲਾਉਣਾ, ਮੈਨੂੰ ਪਤਾ ਲੱਗ ਗਿਆ ਵੀ ਜਸਕਰਨ ਸਿੰਘ ਜੀ ਉੱਠ ਕੇ ਖੜ੍ਹੇ ਹੋਵੇ, ਤਾਂ ਪਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦਾ ਟਾਈਮ ਦਿੱਤਾ। ਅੱਜ ਬੁਲਾਰੇ ਵੀ ਘੱਟ ਸੀਗੇ, ਤਾਂ ਜਿਵੇਂ ਬੂਟਾ ਸਿੰਘ ਜੀ ਕਿਹਾ ਸੀ ਜੋਧਪੁਰੀ ਨੇ, ਸਾਨੂੰ ਤਾਂ ਕਹਿੰਦੇ ਉਦੋਂ ਟਾਈਮ ਵਧੀਆ ਮਿਲ ਜਾਂਦਾ, ਕਈ ਵਾਰੀ ਉਦੋਂ ਰਹਿ